ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਗੇਨ ਰੂਬਰੂ ਹੋਇਆ ਤੁਹਾਡੇ ਨਾਲ ਇੱਕ ਨਵਾਂ ਸਟੂਡੈਂਟ ਇੱਕ ਨਵਾਂ ਪ੍ਰੋਫਾਈਲ ਤੇ ਇੱਕ ਨਵਾਂ ਐਕਸਪੀਰੀਅੰਸ ਸੋ ਐਪਲੀਕੇਸ਼ਨ ਪ੍ਰੋਸੈਸ ਕਰਾਈ ਸੀ ਕਿ ਸਟੂਡੈਂਟ ਨੇ ਆਸਟ੍ਰੇਲੀਆ ਦੀ ਬਟ ਚੈਲੰਜਿੰਗ ਚੀਜ਼ ਇਹ ਸੀਗੀ ਕਿ ਆਸਟ੍ਰੇਲੀਆ ਦੀ ਪਹਿਲੇ ਰਿਫਿਊਜ਼ਲ ਸੀਗੀ ਅਗੇਨ ਆਸਟ੍ਰੇਲੀਆ ਅਪਲਾਈ ਕੀਤਾ ਤੇ ਵੀਜ਼ਾ ਹਾਸਲ ਕੀਤਾ ਅੱਜ ਸਾਡੇ ਨਾਲ ਨੇ ਤੁਸ਼ਾਰ ਜੋ ਕਿ ਹਰਿਆਣਾ ਤੋਂ ਬਿਲੋਂਗ ਕਰਦੇ ਨੇ ਸੋ ਸਟੂਡੈਂਟ ਦੇ ਜਵਾਨੀ ਸਟੂਡੈਂਟ ਤੋਂ ਸਟੂਡੈਂਟ ਦੇ ਬਾਰੇ ਜਾਣਾਂਗੇ ਜੀ ਪਹਿਲਾਂ ਤੇ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਟੂ ਯੂ ਸੋ ਤੁਸ਼ਾਰ ਨੇ ਵੀਜ਼ਾ ਹਾਸਲ ਕੀਤਾ ਆਸਟ੍ਰੇਲੀਆ ਰਿਫਿਊਜ਼ਲ ਤੋਂ ਬਾਅਦ ਸੋ ਪਹਿਲਾਂ ਸਟੂਡੈਂਟ ਨਾਲ ਗੱਲ ਕਰਾਂਗੇ ਕਿਆ ਆਪਕੀ ਪ੍ਰੋਫਾਈਲ ਰਹੀ ਹੈ ਸੋ ਮੇਰੀ ਅਪਰਲ ਪਲੱਸ 22 ਪਾਸ ਆ ਪਾਸ ਆਊਟ ਆਫਟਰ ਆਲ ਆਈ ਡਨ ਮਾਈ ਪੀਟੀ ਵਿਦ 56 ਓਵਰਆਲ ਸਕੋਰ ਨਾਟ ਲੈਸ ਦੈਨ 53 ਐਂਡ ਵਨ ਰਿਫਿਊਜ਼ਲ ਇਨ ਮਈ 2023 ਤੋ ਜਦ ਆਪਕੀ ਰਿਫਿਊਜ਼ਲ ਆਈ ਥੀ ਤੋ ਕਿਆ ਆਪਕੀ ਦੁਬਾਰਾ ਆਸਟ੍ਰੇਲੀਆ ਜਾ ਪਾਉਂਗੇ ਨਹੀਂ ਮੈਨੇ ਨਹੀਂ ਸੋਚਿਆ ਥਾ ਕਿ ਮੇਰਾ ਵੀਜ਼ਾ ਆਏਗਾ ਦੁਬਾਰਾ ਕਿਸੇ ਹੋਰ ਨੇ ਕੰਸਲਟ ਕੀਤਾ ਤੇ ਕਿਆ ਮੈਨੇ ਇੱਕ ਦੋ ਸੈਂਟਰ ਸੇ ਕੰਸਲਟ ਕੀਤਾ ਬਟ ਕਿਸੇ ਨੇ ਫਾਈਲ ਲੈਣੇ ਕੋ ਤਿਆਰ ਨਹੀਂ ਹੁਆ ਬਟ ਰਮਨ ਸਰ ਕੀ ਮੇਰੇ ਕੋ ਵੀਜ਼ਾ ਮਿਲ ਗਿਆ ਚਲੋ अगेन आज आपकी एप्लीकेशन हमने प्रोसेस की है यस तो होम ग्लोबल के बारे में आपको कैसे पता चला था माय सिस्टर ग्रांटेड अ वीजा फ्रॉम होम ग्लोबल इन 2023 ऑस्ट्रेलिया थैंक यू सो मच जी सो जेडे भी एप्लीकेंट ऐसे है कि ऑस्ट्रेलिया जाना चाहते हैं या किसी भी कंट्री ਤੇ ਜਾਣਾ ਚਾਹੁੰਦੇ ਆ ਐਪਲੀਕੇਸ਼ਨ ਨੂੰ ਫਸਟ ਟਾਈਮ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਰਿਫਿਊਜ਼ਲ ਲੈ ਚੁੱਕੇ ਹੋ ਚਾਹੇ ਮਲਟੀਪਲ ਟਾਈਮ ਰਿਫਿਊਜ਼ਲ ਹੈ ਆਪਾਂ ਗੱਲ ਕਰਦੇ ਆ ਯੂਕੇ ਦੀ ਕੈਨੇਡਾ ਦੀ ਜਾਂ ਕਿਸੇ ਵੀ ਕੰਟਰੀ ਦੀ ਸੋ ਤੁਸੀਂ ਸਾਡੀ ਮਹਾ ਟੀਮ ਨੂੰ ਮਿਲ ਸਕਦੇ ਹੋ ਤੇ ਤੁਸ਼ਾਰ ਵਾਂਗ ਰਿਫਿਊਜ਼ ਐਪਲੀਕੇਸ਼ਨ ਨੂੰ ਵੀਜ਼ਾ ਦੇ ਵਿੱਚ ਬਦਲ ਕੇ ਆਪਣਾ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਧੰਨਵਾਦ